और उनके बाद जाकर है जनाब राजा तहरबा साहब खता फरमाएंगे जनाब चौधरी जगीर अब्बास गोंद। बिस्मिल्लाह ज्यादा देर नहीं होना
जितने आए हर मजलिस से ज्यादा जो बह गए लोग जरा बोलिया अम्मा सैन आया है
जिब्रील के आके आए और हसन मौला इरादा कीता जो अमन जवाब देवा जबान रुक गई है मुस्कुरा के फरमाने ना मां मेरी इमाम की जबान है ना बोल सकती है ना रुक सकती है अम्मा मेरी जबान का बार बार रुक जाना इस बात की दलील है कि कहीं पर्दे च मेरा बाबा अली तो नहीं बैठे मुसलमानी ਤੇ ਕਮਾਲਿਆ ਮੈਂ ਸਵਾਲ ਕਰਦਾ ਕਿ ਕਿਸਦੀਆਂ ਧੀਆਂ ਵੀ ਜ਼ਖਮੀ ਹੋਈ ਹੈ ਕਿਹਦੀ ਗਰੀਬ ਹੈ ਮੁਹੰਮਦੀ ਦੀ ਹਰ ਕੋਈ ਮਰਨ ਵਾਲੇ ਦੇ ਦੂਏ ਤੇ ਰਹਿੰਦਾ ਹੈ ਕਿਹਦੀ ਗਰੀਬ ਹੈ ਹੁਸੈਨ ਦੀ ਮਾਂ ਤੇਰੇ ਦਰਵਾਜ਼ੇ ਤੇ ਆ ਕੇ ਆਦੀ ਹੈ ਮੈਨੂੰ ਮੁਕਾਮ ਦੇ ਮੇਰਾ ਜੋ ਭਜਦੇ ਘੋੜੇ ਤੂੰ ਲੈ ਬੈਠਾ ਬਿਸਮਿਲਲਾ ਕਰਮਾ ਹੁਸੈਨ ਦੀ ਰਾਜ਼ੀ ਹੋ ਗਈ ਦੋ ਪੁੱਤਰਾਂ ਦਾ ਰਸੂਲ ਦੇ ਕੇ ਇੱਕੋ ਅੱਲਾ ਦਾ ਨਬੀ ਅਮੀਰ ਸਦੇਂਦੇ ਹੈ ਇਕੋ ਗਰੀਬ ਸਦੇ ਦੇ ਆਏ ਸਾ ਕਮਾਲਿਆ ਦੇ ਕੋ ਅਮੀਰ ਸਦੇ ਦੇ ਆਇਆ ਹੁੰਦੇ ਮਈਤ ਤੇ ਤੀਰ ਮਾਰੇ ਜਿੱਤੇ ਸੋ ਗਰੀਬ ਸਦੇ ਦੇ ਆਏ ਉਸ ਦਾ ਜਨਾਜ਼ੇ ਕਿ ਹੈ ਨਹੀਂ ਪੜੇ ਬਿਸਮਿਲਲਾ ਕਰਾ ਇਹ ਤੇਰਾ ਅਮੀਰ ਅਸਲ ਹੈ ਤਾਰੀਖ ਆਦੀ ਹੈ 72 ਦਫਾ ਜ਼ਾਇ ਬਿਸਮਿਲਲਾ ਕਰਾ ਮਾ ਹੁਸੈਨ ਦੀ ਰਾਜ਼ੀ ਹੋ ਗਏ ਇੱਕ ਨਹੀਂ ਦੋ ਨਹੀਂ ਪੂਰੇ 72 ਦਫਾ ਜ਼ਾਇ ਹੋ ਗਏ ਜਿਹੜੀ ਆਖਰੀ ਦਫਾ ਇਮਾਮ ਨੂੰ ਜ਼ਹਿਰ ਕੀਤੀ ਹੈ ਨਾ ਇਹ ਰੂਹ ਚ ਮੰਗਾਈ ਗਈ ਹੈ ਕਿ ਰੂਹ ਦੇ ਹਕੀਮ ਦਾਵਾ ਕੀਤਾ ਹੈ ਅਗਰ ਇਸ ਦਾ ਹੀ ਕਤਰਾ ਵਾਹਦੇ ਦਰਿਆ ਸ਼ਤੋ ਮੱਛੀਆਂ ਤੜਪ ਤੜਪ ਕੇ ਮਰ ਮਈ ਸੀ ਅਗਰ ਦੁੱਧ ਦੇਣ ਵਾਲੇ ਜਾਨਵਰ ਦੇ ਸਿੰਘ ਤੇ ਲਾਓ ਉਹ ਦੁੱਧ ਦੇ ਬਜਾਏ ਖੂਨ ਦੇ ਸੀ ਉਹ ਜ਼ਹਿਰ ਦਿੱਤਾ ਹੈ ਮੁਸਲਮਾਨਾ ਜ਼ੈਨਬ ਦੇ ਅਮੀਰ ਫਿਰਾਰ ਨੂੰ ਬਿਸਮਿਲਲਾ ਕਰਮਾ ਹੁਸੈਨ ਦੀ ਰਾਜ਼ੀ ਹੋ ਗਈ ਮੇਰੇ ਇਮਾਮ ਦੀ ਜ਼ੌਜਾ ਜੀ ਦਾ ਨਾਮ ਹੈ ਜੋਤਾ ਬਿੰਤ ਅਸ਼ਰ ਇਸ ਸੀਸੀ ਵਿੱਚ ਜ਼ਹਿਰ ਪਾਇਆ ਸਾਹਮਣੇ ਖੀਰ ਦਾ ਗਲਾਸ ਰੱਖਿਆ ਇਸ ਦਾ ਇਰਾਦਾ ਆਈ ਤੋਂ ਇਹ ਵੀ ਦੋ ਕਤਰੇ ਪੈਸਾ ਤੇ ਹਸਨ ਦਾ ਕੰਮ ਹੋਵੇ ਸੀ ਰੱਬ ਅਕਬਰ ਦੀ ਕਸਮ ਹੈ ਇਸ ਮਲਾਉਣਾ ਔਰਤ ਦਾ ਜੋ ਹੱਥ ਕਮੇ ਹੈ ਨਾ ਦੋ ਕਤਰੇ ਨਹੀਂ ਜ਼ਹਿਰ ਸਾਰੀ ਬਹਿ ਪਈ ਜਦੋਂ ਮੇਰੇ ਇਮਾਮ ਦੇ ਸਾਹਮਣੇ ਪੇਸ਼ ਕੀਤੀ ਸੀ ਕਹਿ ਮੇਰੇ ਇਮਾਮ ਜ਼ਹਿਰ ਤੋਂ ਦੇ ਵੱਧ ਜੋਧਾ ਦੇ ਪਾਸੇ ਵੇਖ ਕੇ ਫਰਮਾਇਆ ਜੋਧਾ ਕਿਆ ਮੈਂ ਤੇਰਾ ਚੰਗਾ ਇਮਾਮ ਨਹੀਂ ਕਿਆ ਮੈਂ ਤੇਰਾ ਚੰਗਾ ਸ਼ੋਹਰ ਨਹੀਂ ਆਦੀ ਤੇਰੇ ਤੋਂ ਵੱਧ ਇਮਾਮ ਹੀ ਕੋਈ ਨਹੀਂ ਸੈਯਦਾ ਦਾ ਵੱਧ ਮੇਰੇ ਕਾਸਮ ਦਾ ਸੰਤ ਦੇਖਿਆ ਬਿਸਮਿਲਲਾ ਕਰਮਾ ਹੁਸੈਨ ਦੀ ਰਾਜ਼ੀ ਹੋ ਗਈ ਹੁਣ ਮੇਰੇ ਮੌਲਾ ਦਾ ਜ਼ਹਿਰ ਮਿਲੀ ਹੋਈ ਹੈ ਜਵਾਨਾਂ ਇਹਨਾਂ ਦੀਵਾਰਾਂ ਦੇ ਆਸਰੇ ਲੈ ਲੋਇਆ ਕਾਸਮ ਦਾ ਅਮੀਰ ਬਾਬਾ ਸਿੱਧਾ ਨਾਨੇ ਦੀ ਜ਼ਰੀ ਤੇ ਆਏ ਕਿ ਰੋ ਰੋ ਕੇ ਪਿਆ ਤੇ ਨਾਨਾ ਜ਼ਹਿਰ ਪਹਿਲੇ ਵੀ ਮਿਲ ਗਈ ਹੈ ਨਾਨਾ ਨੂੰ ਬਚਦਾ ਆਇਆ ਨਾਨਾ ਜਿਹੜੀ ਹੁਣ ਜ਼ਹਿਰ ਮਿਲਦੀ ਹੈ ਨਾ ਨਾਨਾ ਬਚਣਾ ਕੋਈ ਨਹੀਂ ਆਇਆ ਇਸ ਵਜ੍ਹਾ ਤੋਂ ਆ ਅਗਰ ਹੁਸੈਨ ਮੇਰਾ ਜਨਾਜ਼ਾ ਲੈ ਆਵੇ ਮੈਂ ਕਬਰ ਦੀ ਯਾਦ ਵਿੱਚ ਰੱਬ ਅਕਬਰ ਦੀ ਕਸਮ ਹੈ ਨਬੀ ਦੀ ਕਬਰ ਹਲ ਗਈ ਹੈ ਰੋ ਕੇ ਫਰਮਾਇਆ ਬਚੜਾ ਅਗਰ ਕੋਈ ਆਮਨ ਦੇਵੀ ਨਾ ਤਾਂ ਨਾਨੇ ਦੀ ਇਨਕਾਰ ਕੋਈ ਨਹੀਂ ਹੁਣ ਮੇਰੇ ਮੌਲਾ ਨਾਨੇ ਦੀ ਕਬਰ ਤੋਂ ਉੱਚੇ ਨੇ ਵਾ ਸਿੱਧਾ ਜੰਨਤੁਲ ਬਗੀ ਮਾਂ ਜ਼ਹਰਾ ਦੀ ਕਬਰ ਤੇ ਆਏ ਹਸਨ ਕਬਰ ਮਾਲ ਤੇ ਬੈਠੇ ਨਹੀਂ ਕਬਰ ਦੇ ਨਾਲ ਸਮ ਗਏ ਰੋ ਰੋ ਕੇ ਪਿਆ ਦੇ ਉੱਠ ਮੇਰੀ ਜ਼ਖਮੀ ਅੰਮਾ ਅੰਮਾ ਮੇਰਾ ਇੱਕ ਵਾਰ ਤਰੁੱਟਿਆ ਤੂੰ ਸਾਰੀ ਰਾਤ ਸਮਝੀ ਨਾ ਹੈ ਅੰਮਾ ਜ਼ਰਾ ਕਬਰ ਚ ਬਹਿਰਾ ਅਮੀਰ ਪੁੱਤਰ ਨੂੰ ਜ਼ਹਿਰ ਮਿਲ ਗਈ ਅੰਮਾ ਨਾਨੇ ਕੋਲ ਗਿਆ ਕਬਰ ਦੀ ਜਾ ਮੰਗੀ ਨਾਨੇ ਆਖਿਆ ਅਗਰ ਕੋਈ ਆਉਣ ਦੇ ਵੀ ਤੇ ਲੱਗਾ ਮੈਂ ਅੰਮਾ ਆਇਆ ਇਸ ਵਜ੍ਹਾ ਤੋਂ ਆ ਅਗਰ ਨਾਨੇ ਕੋਲ ਕਬਰ ਨਾ ਮਿਲੇ ਮੈਂ ਕਬਰ ਦੀ ਜਾ ਦੇਸੇ ਰੱਬ ਅਕਬਰ ਦੀ ਕਸਮ ਮੈਂ ਮਾਂ ਦਾ ਲੈਣ ਆਇਆ ਹਸਨ ਜ਼ਰੂਰੀ ਹੈ ਜੋ ਕਫਨ ਦੋ ਪੌੜੇ ਨਹੀਂ ਬਿਸਮਿਲਲਾ ਕਰਮਾ ਹੁਸੈਨ ਦੀ ਰਾਜ਼ੀ ਹੋ ਗਈ ਮੈਂ ਮਾਂ ਹਾਂ ਮਿਹਨਤ ਕੋਈ ਕਰੇ ਨਹੀਂ ਹਮ ਪਹਿਲੀ ਦਫਾ ਮੇਰੇ ਕੋਲ ਲਗਾ ਹੁਣ ਮੇਰੇ ਮੌਲਾ ਮਾਂ ਦੀ ਕਬਰ ਤੋਂ ਉੱਠੇ ਵਾਸਤੇ ਘਰ ਆਏ ਰੋ ਕੇ ਫਰਮਾਇਆ ਪਰਵਾਹ ਜੀ
ਸੀ ਮੌਲਾ ਮੈਂ ਬਿਸਤਰ ਬਣਾ ਦੇ ਮੈਂ ਤੂੰ ਜ਼ਹਿਰ ਫੈਲ ਗਈ ਮੇਰੀ ਸ਼ਾਇਦ ਬਿਸਤਰ ਬਣਾਇਆ ਹੈ ਹਸਨ ਮੌਲਾ ਇੱਕ ਵਾਰੀ ਸੱਜੇ ਦੇ ਸਾਇ ਵਫਾਪੇ ਦੇ ਸਾਇ ਤੇ ਰੋ ਕੇ ਫਰਮਾਇਆ ਫਰਵਾ ਮੇਰਾ ਕਸਮ ਕਿਨ ਗਿਆ ਹੈ ਬੀਬੀ ਆਲੀ ਮੌਲਾ ਕਸਮ ਸੁੱਤਾ ਪਿਆ ਹੈ ਬੀਬੀ ਆਲੀ ਹੈ ਕਸਮ ਸੁੱਤਾ ਪਿਆ ਇਮਾਮ ਫਰਮਾਇਆ ਔਲਾਦ ਮਾਂ ਪਿਓ ਦੇ ਦਿਲ ਦੀ ਛੰਡਕ ਹੁੰਦੀ ਹੈ ਸੁੱਤੇ ਹੋਏ ਕਸਮ ਨੂੰ ਮੇਰੇ ਸੀਨੇ ਤੇ ਸਮਾ ਹੋ ਸਕਦਾ ਹੈ ਮੇਰੇ ਜ਼ਹਿਰ ਦਾ ਅਸਰ ਬੁਝਦਾ ਹੋਵੇ ਰੱਬ ਅਕਬਰ ਦੀ ਕਸਮ ਹੈ ਮਾਂ ਕਸਮ ਨੂੰ ਚਾਹਿਆ ਨਾ ਤਾਂ ਹਸਨ ਦੇ ਸੀਨੇ ਤੇ ਸਮਾਇਆ ਹੈ ਤੜਪ ਕੇ ਆਦਾ ਹੈ ਅੰਮਾ ਡਾਢੀ ਗਰਮ ਜਾਏ ਬੀਬੀ ਆਦੀ ਹੈ ਨਾ ਮੈਂ ਲਾਲ ਗਰਮ ਜਾ ਨਾ ਪਿਓ ਦਾ ਸੀਨੇ ਹੀ ਤਾਂ ਬਾਬਾ ਲਾਜ਼ਮ ਦਾ ਮਹਿਮਾਨ ਬਿਸਮਿਲ ਅਗਰ ਮਾਂ ਹੁਸੈਨ ਦੀ ਰਾਜ਼ੀ ਹੋਈ ਐਵੇਂ ਪਿਓ ਦੀ ਦਾੜੀ ਚੁੰਕਿਆ ਤੇ ਬਾਬਾ ਰੋਂਦਾ ਕਿਉਂ ਹੈ ਸੈਦੀ ਆਵਾਜ਼ ਆਉਂਦੀ ਹੈ ਫਰਵਾ ਵਾਹ ਮੇਰੀਆਂ ਭੈਣਾਂ ਦਾ ਸਾਜ ਬਿਰਾ ਨੂੰ ਜ਼ਹਿਰ ਮਿਲ ਗਈ ਹੈ ਮੇਰੀ ਸ਼ਹਿਰ ਪਹਿਲਾ ਕਦਮ ਜੋ ਜਾਇਆ ਹੈ ਨਾ ਤੋੜੇ ਸਾਢੇ ਤਰੇ ਸਾਲ ਦਾ ਹਾਈ ਹਾਈ ਅਲੀ ਜਲਦੀ ਦੇ ਨਾਲ ਜਵਾਨਾਂ ਬਜ਼ੁਰਗਾਂ ਕਾਸਮ ਮਾਂ ਦੇ ਦਾਮਾਂ ਨੇ ਹੱਥ ਪਾਇਆ ਹੈ ਤੇ ਰੋ ਕੇ ਆਦਾ ਹੈ ਅੰਮਾ ਪੁੱਤਰ ਜਿੰਦੇ ਹੋਵਾਂ ਨਾ ਤਾਂ ਮਾਵਾਂ ਬਹਿ ਨਹੀਂ ਰਹੀ ਅੰਮਾ ਮੈਂ ਹੋਏ ਨਾ ਬੀਬੀ ਰੋ ਕੇ ਆਦੀ ਹੈ ਨਾ ਕਾਸਮ ਖੁਸ਼ੀ ਦੀ ਖਬਰ ਹੋਰ ਹੁੰਦੀ ਹੈ ਰੰਗ ਦੀ ਇਤਲਾਹ ਹੋਰ ਹੁੰਦੀ ਹੈ ਇਹਦੇ ਮਾਂ ਦੇ ਸਾਹਮਣੇ ਹੱਥ ਜੋੜ ਕੇ ਆਦਾ ਹੈ ਅੰਮਾ ਵੱਧ ਮੇਰੀ ਸ਼ਕਲ ਇੰਜ ਬਣਾ ਨਾ ਮੇਰੀ ਭੁੱਖੀ ਜ਼ਹਿਰਤ ਨੂੰ ਪੁੱਛਣਾ ਹੀ ਨਾ ਪੁੱਛੇ ਮੇਰੀ ਸ਼ਹਿਰ ਪੁੱਤਰ ਤੇ ਆਸੀਨ ਉਲਟੇ ਕਿਰਬਾਨ ਚਾਹ ਕੀਤਾ ਹੈ ਇਹ ਮਿੱਟੀ ਚਾਹ ਕੇ ਕਾਸਮ ਦੇ ਵਾਲਾ ਮਿਲਾਈਏ ਨਾ ਤੇ ਮੇਰੇ ਅਮੀਰ ਇਮਾਮ ਨੂੰ ਜ਼ਹਿਰ ਭੁੱਲ ਗਈ ਹੈ ਰੋ ਰੋ ਕੇ ਫਰਮਾਇਆ ਨੇ ਫਰਵਾ ਮੇਰੇ ਜੀਂਦਿਆਂ ਤੇ ਜੱਤੀ ਨ ਬਣਾ ਅਜਾ ਤਾਂ ਮੈਂ ਜੀਂਦਾ ਹੁਣ ਕਾਸਮ ਫਰਾਮਾ ਫਰਾਮਾ ਟੁੱਟ ਹੋਇਆ ਬਤੂਲ ਦੀਆਂ ਧੀਆਂ ਦੇ ਦਰਵਾਜ਼ੇ ਤੇ ਆਇਆ ਹੈ ਕਿਦੋਂ ਨਮਾਜ਼ੇ ਤਹਜਦ ਤੇ ਮਈ ਮੇਰੀ ਆਲੀ ਹਸੈਨ ਰੋ ਕੇ ਆਦੀ ਅੰਮਾ ਫਿਜ਼ਾ ਦੁਆ ਮੰਗ ਮੇਰਾ ਖਾਬ ਸਹੀ ਨਾ ਹੋਵੇ ਅੰਮਾ ਮੈਂ ਖਾਬ ਦਿੱਤਾ ਹੈ ਕੋਈ ਖੂਨ ਦਾ ਸਮੁੰਦਰ ਹੈ ਮੇਰੇ ਫਿਰਾਵਾਂ ਦੇ ਲਾਸ਼ ਵਦੇ ਲੁੜਦੇ ਇਦੋਂ ਮੇਰੀ ਸੈਨ ਫਿਜ਼ਾ ਬਿਸਮਿਲ੍ਲਾ ਪੜ ਕੇ ਜ਼ਾਰਾ ਦੀ ਹਵੇਲੀ ਦਾ ਦਰਵਾਜ਼ਾ ਖੋਲਿਆ ਨਾ ਜਵਾਨਾ ਬਜ਼ੁਰਗੋ ਦਿੱਤਾ ਕਿਆ ਹੈ ਸਾਢੇ ਤਰੇ ਸਾਲ ਦਾ ਬੱਚਾ ਹੈ ਜਿਹਦਾ ਗਿਰਬਾਨ ਚਾਹ ਕੇ ਜਿਹਦੇ ਸਾਧ ਚ ਖਾ ਕੇ ਫਿਜ਼ਾ ਰੋ ਕੇ ਅੱਗੇ ਅਗਰ ਕੋਈ ਮੰਗਣ ਵਾਲਾ ਹੈ ਅਗਰ ਕੋਈ ਸਵਾਲ ਹੀ ਹੈ ਵੱਲ ਵੱਲ ਜਦੋਂ ਤੂੰ ਸੁਬੋ ਆਸੇ ਨਾ ਤੂੰ ਜੋ ਮੰਗਸੇ ਮੈਂ ਤੈਨ ਅਲੀ ਦੀਆਂ ਧੀਆਂ ਕੋਲੋਂ ਲੈ ਦੇ ਸਾਂ ਉਹ ਸੇਖ ਮਾਲਿਓ ਰੋ ਕੇ ਆਦਾ ਦਾਦੀ ਮੈਂ ਸਵਾਲੀ ਨਹੀਂ ਮੈਂ ਅਮੀਰ ਪਿਓ ਦਾ ਅਮੀਰ ਪੁੱਤਰ ਮੈਂ ਦੱਸਣ ਆਇਆ ਮੇਰੇ ਬਾਬੇ ਨੂੰ ਲਾਹ ਮਿਲ ਗਈ ਏ ਉਹ ਜਵਾਨ ਉਹ ਜਿਹੜੇ ਮੇਲੇ ਜ਼ਹਿਰ ਦਾ ਨਾਮ ਆਇਆ ਫਿਜ਼ਾਈ ਲਿਆਈਏ ਜਿਵੇਂ ਜਿਗ ਦਾ ਪਾਣੀ ਆਉਂਦਾ ਏ ਅਕਲ ਮਾਰ ਕੇ ਆਦੀਏ ਜ਼ੈਨਬ ਜਲਦੀ ਆ ਤੇਰਾ ਖਾਬ ਸਹੀ ਆ ਫਖਰੀਆ ਸਜਣ ਆਈ ਹੈ ਮੇਰੀ ਸੈਂ ਕਸਮ ਚਾਇਆ ਪਹਿਲੇ ਸਜਿਓ ਝੁਕਿਆ ਵੱਲ ਖਬਿਓ ਝੁਕਿਆ ਹੱਕਲ ਮਾਰ ਕੇ ਆਦੀਏ ਕਸਮ ਆਸਤੀ ਨਾ ਕਹਿ ਉਲਟੀਆਂ ਨੀਆ ਧਰਮਾ ਗਿਰਬਾਨ ਕਹਿ ਜਾ ਕੀ ਤੈ ਰੋ ਗਿਆ ਧਰਮਾ ਜ਼ਿਆਦਾ ਸਵਾਲ ਕਰ ਮੇਰੇ ਬਾਬੇ ਨੂੰ ਲਾਹ ਮਿਲ ਗਈ ਜਵਾਨ ਜ਼ਹਿਰ ਦਾ ਨਾਮ ਆਇਆ ਅਲੀ ਦੀ ਧੀਆ ਦੀਏ ਕਲਸੂਮ ਆਪਣਾ ਬੁਰਕਾ ਜਾਈਆ ਆਪਣਾ ਫਾਈਆ ਮੇਰਾ ਜਰੀਆ ਮੇਰੇ ਤੇ ਸਵਾਲ ਕਰੋ ਹਸਨ ਦੀ ਕਿਹੜੀ ਆਦਤ ਖੂਨ ਦੀ ਜੋਤੀ ਉਲਟੀ ਅਮੀਰ ਨੂੰ ਆਈਏ ਹੱਥ ਮਾਰ ਕੇ ਫਰਮਾਇ ਮੈਨੂੰ ਫਰਵਾ ਵਾਦੇ ਕਾ ਮੇਰੀਆਂ ਭੈਣਾਂ ਦੀਆਂ ਭੈਣਾਂ ਦੀਆਂ ਗੋਈਆਂ ਜਿਹੜੇ ਵੇਲੇ ਫਰਵਾ ਦਿੱਤੇ ਰੋ ਪਿਆ ਦੀਏ ਮੌਲਾ ਤੇਰੀਆਂ ਭੈਣਾਂ ਹਸਨ ਦੀ ਆਵਾਜ਼ ਆਉਂਦੀ ਏ ਟੁੱਟੀਆਂ ਦੀਆਂ ਜਾਉ ਬਾਜੀਆਂ ਇੱਥੇ ਮੂੰਹ ਤੇ ਮਾਤਮ ਕਰਕੇ ਆਉਂਦੀ ਏ ਜਨ ਕੋਲੋਂ ਤੜਾ ਨਹੀਂ ਆਉਂਦਾ ਉਹ ਫਸਦੀ ਆਉਂਦੀ ਏ ਬਿਸਮਿਲਲਾ ਕਰ ਹਸਨ ਦੀ ਆਵਾਜ਼ ਆਉਂਦੀ ਏ ਜਲਦੀ ਕਰ ਮੇਰੇ ਜਿਗਰ ਦੇ ਟੁਕੜੇ ਲੁਕਾ ਮੱਥਾ ਮੇਰੀ ਜ਼ਹਿਰ ਨਾ ਮਰ ਵਜੇ ਉਹ ਜਵਾਨ ਹੋਏ ਦੋ ਅਲੀ ਦੀ ਧੀ ਦਾ ਪਹਿਲਾ ਖਤਮ ਆਇਆ ਏ ਹੱਥ ਮਾਰ ਕੇ ਆਉਂਦੀ ਏ ਦੱਸੋ ਮੇਰੇ ਸਾਰੇ ਸੱਜਣ ਆ ਗਏ ਅਬਦੁੱਲਾ ਫਿਰਾ ਮੈਂ ਆਇਆ ਖੜਾ ਜਾਫਰ ਵੀ
Allah.